ਕੈਨੇਡਾ ਇੱਕ ਬਹੁਤ ਖੂਬਸੂਰਤ ਕੰਟਰੀ ਹੈਗੀ ਆ। ਕੰਟਰੀ ਦੇ ਨਾਲ ਨਾਲ ਜਿਹੜੀ ਫਸਟ ਪ੍ਰੈਫਰੈਂਸ ਹੈਗੀ ਆ ਪੰਜਾਬ ਦੇ ਵਿੱਚ ਲੋਕਾਂ ਦੀ, ਉਹ ਕੈਨੇਡਾ ਹੈਗੀ ਆ। ਜੇ ਤੁਹਾਡੇ ਆਈਲੈਟਸ ਦੇ ਵਿੱਚ ਸਕੋਰ ਨਹੀਂ ਆ ਰਹੇ ਕਿਸੇ ਰੀਜ਼ਨ ਕਰਕੇ, ਤੁਸੀਂ ਆਪਣਾ ਸਟੂਡੈਂਟ ਵੀਜ਼ਾ ਨਹੀਂ ਅਪਲਾਈ ਕਰ ਪਾਏ ਔਰ ਹੁਣ ਤੁਹਾਡਾ ਸਟੱਡੀ ਦੇ ਵਿੱਚ ਗੈਪ ਪੈ ਚੁੱਕਾ 2-4-5 ਸਾਲ ਦਾ, ਔਰ ਤੁਸੀਂ ਕਿਸੇ ਵੀ ਫੀਲਡ ਦੇ ਵਿੱਚ ਇੰਡੀਆ ਦੇ ਵਿੱਚ ਕੰਮ ਕਰ ਰਹੇ ਹੋ, ਤਾਂ ਕੈਨੇਡਾ ਨੇ ਇਸ ਤਰ੍ਹਾਂ ਦੇ ਬਹੁਤ ਸਾਰੇ ਪ੍ਰੋਗਰਾਮ ਓਪਨ ਕੀਤੇ ਆ ਜਿਹੜੇ ਬਹੁਤ ਘੱਟ ਬੈਂਡ ਸਕੋਰ 'ਤੇ, 5.5 ਬਹੁਤ ਸਾਰੇ ਪ੍ਰੋਗਰਾਮ, ਓਵਰਆਲ 5 ਇੱਕ ਮਡਿਊਲ ਦੇ ਵਿੱਚ 4.5 ਦੇ ਨਾਲ ਓਪਨ ਆ, ਜਿਹਦੇ ਵਿੱਚ ਵਰਕ ਲੀਡਿੰਗ PR ਆਪਸ਼ਨਸ ਹੈਗੀਆਂ। ਔਰ ਤੁਸੀਂ ਜਿਹੜਾ ਹੈਗਾ ਰਿਫਿਊਜ਼ਲ ਲਈ ਸੀ ਅੱਜ ਤੋਂ 2 ਸਾਲ ਪਹਿਲਾਂ, ਔਰ ਉਸ ਤੋਂ ਬਾਅਦ ਕੈਨੇਡਾ ਦਾ ਵੀਜ਼ਾ ਅਪਲਾਈ ਕਰਨ ਬਾਰੇ ਸੋਚਦੇ ਸੀ, ਉਸ ਵਾਸਤੇ ਤੁਹਾਡੇ ਲਈ ਇਹ ਬਹੁਤ ਵਧੀਆ ਮੌਕਾ ਹੈਗਾ ਜਿਹਦੇ ਵਿੱਚ ਵਰਕ ਲੀਡਿੰਗ PR ਆਪਸ਼ਨ ਹੈਗੀ ਆ। ਔਰ ਬਹੁਤ ਸਾਰੇ ਲੋਕ ਜਿਹੜੇ ਹੈਗੇ ਆ ਇੰਡੀਆ ਤੋਂ ਆਪਣਾ ਵਿਜ਼ਟਰ ਵੀਜ਼ਾ ਅਪਲਾਈ ਕਰਦੇ ਆ, ਜਿਹਦੇ ਵਿੱਚ ਕਲੈਰਿਟੀ ਨਹੀਂ ਹੁੰਦੀ ਕਿ ਤੁਸੀਂ ਕੈਨੇਡਾ ਕਿਉਂ ਜਾਓਗੇ ਔਰ ਕੈਨੇਡਾ ਤੋਂ ਕਿਉਂ ਵਾਪਸ ਆਓਗੇ। ਉਸ ਨਾਲੋਂ ਵੱਧ ਹੁਣ ਜਿਹੜੀਆਂ ਹੈਗੀਆਂ ਇਸ ਤਰ੍ਹਾਂ ਦੇ ਪ੍ਰੋਗਰਾਮ ਆ ਉਹਦੇ ਵਿੱਚ ਵੀਜ਼ਾ ਚਾਂਸਿਸ ਬਹੁਤ ਜ਼ਿਆਦਾ ਹੈਗੇ ਆ। ਔਰ ਤੁਸੀਂ ਇਸ ਪ੍ਰੋਗਰਾਮ ਬਾਰੇ ਸੁਣਦੇ ਤੋਂ ਬਹੁਤ ਹੋ ਮਾਰਕੀਟ ਦੇ ਵਿੱਚ, ਬਟ ਬਹੁਤ ਸਾਰੇ ਲੋਕ ਜਿਹੜਾ ਵੀਜ਼ੇ ਤੋਂ ਪਹਿਲਾਂ ਤੁਹਾਡੇ ਤੋਂ ਬਹੁਤ ਸਾਰੀ ਮਨੀ ਦੀ ਡਿਮਾਂਡ ਕਰਦੇ ਆ, LMI ਦੀ ਜਿਹੜੀ ਫੀਸ ਹੈਗੀ ਆ ਜਾਂ ਆਪਣੀ ਕਿਸੇ ਤਰ੍ਹਾਂ ਦੀ ਕੋਸਟਿੰਗ ਹੈਗੀ ਆ ਉਹਦੀ ਡਿਮਾਂਡ ਕਰਦੇ ਆ, ਬਟ ਤੁਸੀਂ ਚਾਹੁੰਦੇ ਹੋ ਕਿ ਅਸੀਂ ਵਿਦਾਊਟ ਐਨੀ ਰਿਸਕ ਤੋਂ ਇਹ ਵੀਜ਼ਾ ਅਪਲਾਈ ਕਰੀਏ ਵਰਕ ਲੀਡਿੰਗ PR। ਔਰ ਤੁਸੀਂ ਵੀਜ਼ਾ ਵੇਵਸ ਨੂੰ ਸੰਪਰਕ ਕਰ ਸਕਦੇ ਹੋ ਔਰ ਸਾਨੂੰ ਸਾਡੇ ਦਿੱਤੇ ਹੋਏ ਨੰਬਰਾਂ 'ਤੇ ਕਾਲ ਕਰਕੇ ਗੱਲਬਾਤ ਕਰ ਸਕਦੇ ਹੋ, ਔਰ ਵਿਦਾਊਟ ਐਨੀ ਰਿਸਕ ਤੁਸੀਂ ਆਪਣਾ ਕੈਨੇਡਾ ਦਾ ਵਰਕ ਲੀਡਿੰਗ PR ਜਿਹੜਾ ਪ੍ਰੋਗਰਾਮ ਹੈਗਾ ਉਹਦੇ ਵਿੱਚ ਆਪਣਾ ਵੀਜ਼ਾ ਅਪਲਾਈ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ।